ਸਸਕਾਲ ਜੀ, ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂਰ, ਜਾਣਾ ਲੋਕ ਨਾਚ ਟੀਵੀ ਦੇ ਖਾਸ ਪ੍ਰੋਗਰਾਮ ਪ੍ਰਾਈਮ ਮੁੱਦਾ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ ਹਾਂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਦੋ ਵੱਡੇ ਪ੍ਰਾਈਮ ਮੁੱਦੇ। ਗੱਲਬਾਤ ਜਿਹੜੀ ਹੈ ਉਹ ਕਿਹੜੀਆਂ ਖਬਰਾਂ ਤੇ ਕਰਨ ਜਾ ਰਹੇ ਹੋ ਤੁਹਾਨੂੰ ਬਾਅਦ ਚ ਦੱਸਾਂਗਾ, ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਡੇ ਲਈ ਬੇਹੱਦ ਜਾਣਕਾਰੀ ਭਰਪੂਰ ਹੋਊਗਾ, ਬੇਹੱਦ ਤੁਹਾਨੂੰ ਪਸੰਦ ਵੀ ਆਊਗਾ, ਕਿਉਂਕਿ ਅਜਿਹੀ ਜਾਣਕਾਰੀ ਲੈ ਕੇ ਅਜਿਹੇ ਦੋ ਅਹਿਮ ਵਿਸ਼ਿਆਂ ਦੇ ਉੱਪਰ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ, ਜਿਹੜੇ ਵਿਸ਼ਿਆਂ ਦੇ ਉੱਪਰ ਸਿਆਸਤ ਭਖ ਚੁੱਕੀ ਹੈ, ਜਦਕਿ ਜਿਹੜੇ ਇਹਨਾਂ ਤੋਂ ਅਹਿਮ ਤੇ ਗੰਭੀਰ ਮਸਲੇ ਨੇ ਉਹਨਾਂ ਦੇ ਉੱਪਰ ਸਿਆਸਤ ਜਿਹੜੀ ਹੈ ਉਹ ਹੋ ਹੀ ਨਹੀਂ ਰਹੀ। ਇਹਨਾਂ ਪੂਰੇ ਮਾਮਲਿਆਂ ਤੇ ਸਿਆਸਤ ਗਰਮਾ ਰਹੀ ਹੈ, ਜਿਸਦਾ ਜਿਹੜਾ ਨੁਕਸਾਨ ਪੰਜਾਬ ਤੇ ਪੰਜਾਬੀਅਤ ਨੂੰ ਹੋ ਰਿਹਾ। ਸਭ ਤੋਂ ਪਹਿਲਾਂ ਜਿਹੜੀ ਹੈ ਉਹ ਗੱਲਬਾਤ ਕਰਾਂਗੇ ਕਿ ਵੀਸੀ ਅਤੇ ਸਿਹਤ ਮੰਤਰੀ ਜਿਹੜੇ ਪੰਜਾਬ ਦੇ ਚੇਤਨ ਸਿੰਘ ਜੌੜਾ ਮਾਜਰਾ, ਉਹਨਾਂ ਦਾ ਜਿਹੜਾ ਆਪਸੀ ਵਿਵਾਦ ਭਖਿਆ, ਉਸ ਆਪਸੀ ਵਿਵਾਦ ਦੇ ਉੱਪਰ ਜਿਸ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਵਾਰ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਜਾਂ ਚੇਤਨ ਸਿੰਘ ਜੌੜ ਮਾਜਰਾ ਦੇ ਉੱਪਰ, ਕੀ ਉਹ ਜਾਇਜ਼ ਹੈ? ਕੀ ਵਾਕਈ ਸਿਹਤ ਮੰਤਰੀ ਦੀ ਗਲਤੀ ਹੈ? ਕੀ ਹੱਕ ਕਾਂਗਰਸ ਨੂੰ ਤੇ ਅਕਾਲੀ ਦਲ ਨੂੰ ਇਸ ਮੁੱਦੇ ਤੇ ਬੋਲਣ ਦਾ ਹੈਗਾ ਜਾਂ ਨਹੀਂ ਹੈਗਾ? ਇਹ ਸਵਾਲ ਮੈਂ ਕਿਉਂ ਚੱਕ ਰਿਹਾ, ਇਹ ਤੁਹਾਡੇ ਲਈ ਸੁਣਨਾ ਬੇਹੱਦ ਲਾਜ਼ਮੀ ਹੋਊ ਤੇ ਤੁਸੀਂ ਅੱਗੇ ਸੁਣਨਾ ਵੀ ਜ਼ਰੂਰ। ਔਰ ਅਗਲੀ ਖਬਰ ਜਿਹੜੀ ਹੈ ਉਹ ਇਹ ਲਵਾਂਗੇ ਅਸੀਂ, ਭਗਵੰਤ ਮਾਨ ਦਾ ਦੋਗਲਾ ਚਿਹਰਾ। ਕੀ ਭਗਵੰਤ ਮਾਨ ਦਾ ਦੋਗਲਾ ਚਿਹਰਾ ਹੈ, ਉਸ ਤੇ ਵੀ ਅਸੀਂ ਗੱਲਬਾਤ ਕਰਾਂਗੇ। ਇਹ ਵੀ ਖਬਰ ਜਿਹੜੀ ਹੈ ਤੁਹਾਡੇ ਲਈ ਅਹਿਮ ਹੋਊਗੀ ਤੇ ਇਸ ਬੇਹੱਦ ਜਾਣਕਾਰੀ ਭਰਪੂਰ ਪ੍ਰੋਗਰਾਮ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਉਸ ਬਾਰੇ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜਿਹੜੀ ਆ ਉਹ ਜ਼ਰੂਰ ਦਰਜ ਕਰਵਾਇਓ। ਤਾਂ ਸਭ ਤੋਂ ਪਹਿਲਾਂ ਮੈਂ ਅਣਖੀ ਸਾਹਿਬ ਦਾ ਸਵਾਗਤ ਕਰਨਾ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ। ਅਣਖੀ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਅਣਖੀ ਸਾਹਿਬ, ਆਪਾਂ ਸਵਾਲ ਜਿਹੜਾ ਪਹਿਲਾਂ ਇਹੀ ਲੈਂਦੇ ਹਾਂ ਕਿ ਚੇਤਨ ਸਿੰਘ ਜੌੜਾ ਮਾਜਰਾ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਨੇ ਤੇ ਉਹਨਾਂ ਦਾ ਜਿਹੜਾ ਵਿਵਾਦ ਵੀਸੀ ਦੇ ਨਾਲ ਭਖਿਆ ਹੋਇਆ, ਉਸ ਵਿਵਾਦ ਨੂੰ ਇਹਨਾਂ ਭਖਾਇਆ ਕਿਉਂ ਜਾ ਰਿਹਾ ਵਿਰੋਧੀਆਂ ਵੱਲੋਂ, ਉਸ ਤੇ ਆਪਾਂ ਗੱਲਬਾਤ ਜਿਹੜੀ ਕਰਨ ਜਾ ਰਹੇ ਹਾਂ, ਜਦਕਿ ਮੈਨੂੰ ਲੱਗਦਾ ਕਿ ਐਡਾ ਮੁੱਦਾ ਇਹ ਹੈ ਨਹੀਂ, ਕਿਉਂਕਿ ਚੇਤਨ ਸਿੰਘ ਜੌੜ ਮਾਜਰਾ ਨੇ ਸਿਰਫ ਇਹ ਗੱਲ ਕਹੀ ਹੈ ਇੱਕ ਵੀਸੀ ਨੂੰ ਕਿ ਭਾਈ ਜਿਹੜੇ ਗੱਦਿਆਂ ਦੇ ਉੱਪਰ ਜਾਂ ਬੈੱਡ ਦੇ ਉੱਪਰ ਤੁਸੀਂ ਇਹਨਾਂ ਮਰੀਜ਼ਾਂ ਨੂੰ ਲਟਾ ਕੇ ਇਲਾਜ ਕਰਦੇ ਹੋ, ਕਿ ਉਹ ਲੇਟਣ ਲਾਇਕ ਹੈਗੇ ਆ? ਜੇ ਹੈਗੇ ਆ ਤਾਂ ਤੁਸੀਂ ਲੇਟ ਕੇ ਦਿਖਾ ਦਿਓ। ਤੇ ਜਿਹੜੇ ਲੋਕਾਂ ਦੀ ਟੈਕਸ ਦੇ ਨਾਲ ਇਹਨਾਂ ਅਫਸਰਾਂ ਨੂੰ ਤਨਖਾਹਾਂ ਦਿੱਤੀਆਂ ਜਾ ਰਹੀਆਂ, ਜੇ ਉਹ ਜਿਹੜੇ ਇਹਨਾਂ ਗੱਦਿਆਂ ਤੇ ਪੈ ਕੇ ਆਪਣਾ ਇਲਾਜ ਕਰਵਾ ਕੇ ਜਾਂਦੇ ਨੇ, ਤੇ ਇਹਨਾਂ ਅਫਸਰਾਂ ਨੂੰ ਉਸ ਗੱਦੇ ਦੇ ਉੱਪਰ ਜੇ 2 ਮਿੰਟ ਵੀ ਲੇਟਣਾ ਪੈ ਗਿਆ, 2 ਸਕਿੰਟ ਵੀ, ਮਾਫ ਕਰਨਾ 2 ਮਿੰਟ ਜ਼ਿਆਦਾ ਕਰਤਾ, 2 ਸਕਿੰਟ ਜੇ ਲੇਟਣਾ ਪੈ ਗਿਆ, ਤਾਂ ਫਿਰ ਇਹਨਾਂ ਦਾ ਅਪਮਾਨ ਕਿਵੇਂ ਹੋ ਗਿਆ? ਔਰ ਦੂਜੀ ਗੱਲ ਇਹ ਕਿ ਰਾਜਾ ਵੜਿੰਗ ਜਿਹੜੇ ਕਹਿ ਰਹੇ ਨੇ ਕਿ ਬੜਾ ਅਪਮਾਨ ਕਰਤਾ, ਉੱਥੇ ਜਾ ਕੇ ਨਾਟਕਬਾਜ਼ੀਆਂ ਕਰ ਰਹੇ ਆ ਤੇ ਜਾ ਕੇ ਉਸ ਵੀਸੀ ਦੇ ਪੈਰੀਆਂ ਤੇ ਪੈਰੀਆਂ ਤੁਸੀਂ ਲਾਓ, ਜ਼ਰੂਰ ਲਾਓ, ਤੁਸੀਂ ਸਤਿਕਾਰ ਕਰੋ, ਪਰ ਇਸ ਮੁੱਦੇ ਦੇ ਉੱਪਰ ਸਿਆਸਤ ਕਿਸ ਤਰੀਕੇ ਦੇ ਨਾਲ ਕੀਤੀ ਜਾ ਰਹੀ ਆ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ। ਰਾਜਾ ਵੜਿੰਗ ਇਹ ਦੱਸਣ ਕਿ ਜਦੋਂ ਇੱਕ ਇਮਾਨਦਾਰ ਅਫਸਰ ਬਲਵਿੰਦਰ ਸਿੰਘ ਸੇਖੋਂ ਦੇ ਉੱਪਰ ਜਿਹੜਾ ਹਮਲਾ ਸਾਧਿਆ ਸੀ, ਸਾਧੂ ਮਾਫ ਕਰਨਾ, ਉਹਨੇ ਭਾਰਤ ਭੂਸ਼ਣ ਆਸ਼ੂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਤੈਨੂੰ ਮੈਂ ਦਰੜ ਕੇ ਰੱਖ ਦਿਆਂਗਾ, ਕੁਚਲ ਕੇ ਰੱਖ ਦਿਆਂਗਾ, ਮਿੱਥ ਕੇ ਰੱਖ ਦਿਆਂਗਾ, ਉਦੋਂ ਰਾਜਾ ਵੜਿੰਗ ਬੋਲੇ ਕਿਉਂ ਨੀ? ਜਦੋਂ ਇੱਕ DEO ਨੂੰ, ਜਿਹੜਾ ਡਿਸਟ੍ਰਿਕਟ ਜਿਹੜੇ ਐਜੂਕੇਸ਼ਨ ਅਫਸਰ ਸੀਗੇ, ਇੱਕ ਲੇਡੀ ਮਹਿਲਾ ਅਫਸਰ ਨੂੰ ਆਸ਼ੂ ਨੇ ਧਮਕੀਆਂ ਦਿੱਤੀਆਂ, ਜਦੋਂ ਬੜੇ ਤਿੱਖੇ ਲਹਿਜੇ ਦੇ ਵਿੱਚ ਸਖ਼ਤ ਸ਼ਬਦਾਂ ਦੇ ਵਿੱਚ ਬੋਲੇ, ਉਦੋਂ ਰਾਜਾ ਵੜਿੰਗ ਕਿੱਥੇ ਸੀ? ਜਦੋਂ ਇੱਕ SHO ਲਵਮੀਤ ਨੂੰ ਦਵਿੰਦਰ ਸਿੰਘ ਘੁਬਾਇਆ ਨੇ ਫੋਨ ਤੇ ਧਮਕੀਆਂ ਦਿੱਤੀਆਂ, ਉਦੋਂ ਰਾਜਾ ਵੜਿੰਗ ਕਿੱਥੇ ਸੀ? ਜਦੋਂ ਇੱਕ ਜਿਹੜੇ ਹਰੀ ਕੇ SHO ਲੱਗੇ ਸੀਗੇ, ਉਸ ਮੁੰਡੇ ਨੂੰ, ਜਦੋਂ ਉਸ SHO ਨੂੰ ਧਮਕੀਆਂ ਹਰਮਿੰਦਰ ਸਿੰਘ ਗਿੱਲ ਨੇ ਦਿੱਤੀਆਂ, ਉਦੋਂ ਇਹ ਕਿੱਥੇ ਸੀ? ਤੁਸੀਂ ਕਿਵੇਂ ਦੇਖਦੇ ਹੋ? ਛੱਜ ਤਾਂ ਬੋਲੇ, ਛਾਨਣੀ ਵੀ ਬੋਲੇ, ਰਾਜਾ ਵੜਿੰਗ ਜਾਂ ਕਾਂਗਰਸ ਇਸ ਪੂਰੇ ਮੁੱਦੇ ਤੇ ਬੋਲਣ ਜੋਗੀ ਹੈਗੀ ਹੈ? ਸੁਖਵਿੰਦਰ ਜੀ, ਇੱਕ ਸ਼ਬਦ ਹੁੰਦਾ ਖੁੰਦਕ, ਤੇ ਇਸ ਵੇਲੇ ਕਾਂਗਰਸ ਪਾਰਟੀ ਦੇ ਚਾਹੇ ਅਕਾਲੀ ਦਲ, ਇਹ ਸਿਰਫ ਉਸ ਸਿਆਸੀ ਖੁੰਦਕ ਦਾ ਸ਼ਿਕਾਰ ਆ ਆਮ ਆਦਮੀ ਪਾਰਟੀ ਤੋਂ, ਜਿਸ ਕਾਰਨ ਉਹ ਖੁੰਦਕ ਕਿਹੜੀ ਆ ਕਿ ਇਹ ਉੱਥੋਂ ਤੱਕ ਨਹੀਂ ਪਹੁੰਚ ਸਕੇ ਕਿ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆ ਗਈ ਹੈ। ਸਿਰਫ ਇਸੇ ਖੁੰਦਕ ਜਿਹੜੀ ਲੈ ਕੇ ਰਾਜਾ ਵੜਿੰਗ, ਮਾਫ ਕਰਦਾ, ਕਾਂਗਰਸ ਪਾਰਟੀ ਹੋਵੇ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਹੋਵੇ, ਕੋਈ ਵੀ ਉਹਨਾਂ ਨੇ ਮੌਕਾ ਨਹੀਂ ਜਾਣ ਦੇਣਾ ਜਿੱਥੇ ਉਹਨਾਂ ਨੇ ਸਿਆਸਤ ਨਹੀਂ ਕਰਦੀ। ਲੋਕ ਜਿਸ ਤਰ੍ਹਾਂ ਕਹਿੰਦੇ ਨਾ ਕਿ ਖੁੰਦਕ ਦੇ ਵਿੱਚ ਰੇਪ ਤਾਂ ਕੀਤਾ ਜਾ ਸਕਦਾ ਪਰ ਪਿਆਰ ਨਹੀਂ ਕੀਤਾ ਜਾ ਸਕਦਾ। ਖੁੰਦਕ ਦੇ ਵਿੱਚ ਬੰਦਾ ਕਹਿ ਸਕਦਾ ਜ਼ਹਿਰ ਤੇ ਪੀ ਸਕਦਾ ਪਰ ਮੁਸਕਰਾ ਨਹੀਂ ਸਕਦਾ। ਖੁੰਦਕ ਦੇ ਵਿੱਚ ਬੰਦਾ ਪਹਾੜ ਕੱਢ ਸਕਦਾ
पर दिल नहीं जित सकता। बड़ी कुछ इदा दिन गल् होंदिया ने खुंदक दे आधार पर, तो यह सारी सियासी खुंदक जी इस वे नजर आ रही है राजा वड़िंग के शब्दों से, सिर्फ इस करके क्योंकि मुद्दा कोई है नहीं, तो हर मुद्दे उन्होंने आम आदमी पार्टी के खिलाफ बनाने की कोशिश जी करनी है, ये एक सार्थक है। तुम चार घटनावां बनाईया कि जिथे जिथे कांग्रेस पार्टी ने अपनी सत्ता के समय पूर्ण तौर पर अं कह सकते कि इन्हों के मंत्रियों की बदमाशी जी है टका के थी, सिखर से सी, खास करके भारत भूषण आशु की। भारत भूषण से आशु वो मंत्री है जरा उस वक्त हाईकोर्ट में भी टिच जाता है, जो बलविंदर सेखों की गल हुई तो जाके वीडियो माफ करना आडियो वायरल होया कि जाके जाके हाईकोर्ट में कह दे कि मंत्री नहीं मानता। उस वक्त राजा वड़िंग किथे सी कि उस वे पंजाब ते हरियाणा हाईकोर्ट के माण सत्कार के उत्ते एक मंत्री ने कि उदा मान हत्तक नहीं की। अज राजा वड़िंग जाके उ जे वाइस चांसलर ने डॉक्टर राज बहादुर उन्होंने मिलते हैं पैरी हाथ लाते, बड़ी वधिया गल की, जे बंदे रोल नहीं भी आना ता भी उन्होंने जाके रवा दिता गया। तो दूजे पासे यह कहा गया कि यह बहुत नामवर ने, ठीक है वह बंदा 72 साल के ने, ठीक है अपने खेत्र के बंदे माहर ने जरूर होणगे, मान सत्कार मिलना चाहिए, पर जेकर वह एक इंस्टीट्यूट के मुखी ने उत्थे काम करते ने तो फिर सुखविंदर जी जी वो तनखाह दे तनखाहदार मुलाजम नहीं, तो फिर कुदरती तौर पर उन्हों की जिम्मेवारी उतों की नैतिक जिम्मेवारी बनती है कि हाँ भाई ये उतों का सारा ढांचा ठीक होना हो। सुखविंदर जी कि रेल का माफ करना गलत लगा गल कर कि रेल का एक्सीडेंट कित हो जाता रेलवे का, तो उस वक्त उपरों तुरंत रेलवे मंत्री का जोड़ा अस्तीफा आ वह मंग लिया जाता कि हाँ भाई तू तेरी नैतिक जिम्मेवारी बनती है। तो इतने जेकर चेतन सिंह चौड़ा माजरा गए ने हस्पताल चैक कर माफ करना उत्थे गए ने सरकारी हस्पताल मेडिकल जोड़ा सी, तो उत्थे अगर उन्होंने कुताई वेखी है तो वीसी उन्होंने नाल आता कुदरती तौर पर उन्होंने वाइस चांसलर को कहना वेद बेजती करने वाला आ पकड़ कि कहन का अर्थ सी किस तरीके ना कि हाँ भाई जिस बैड से मरीजों को तू पाना आ पै के वे की ये लेटन योग हैं कि उन्हें शब्दावली दविंदर कभाए वाली बोली कि तरह बोली बोली इस तरह मैं चका देना कि भारत भूषण आशु वर्गी उन्हें लैंग्वेज कहती कि हाँ मैं तेनों दड़क के रख दूंगा। तो सुखविंदर जी इस तो भी अलावा अकाली दल की बीबी हरसिमरत कौर भी वह भी एक्टिव हुए ने, उन्होंने भी ट्वीट किया। दूजे पासे शाम को कांग्रेस अकाली दल के जिहड़े कुछ सीनियर नेता ने वह भी डॉक्टर राज बहादुर को जाके मिले ने, ते पर अकाली दल भी अपना समा याद रहना चाहिए कि जो अकाली दल की सरकार सी तो किस तरीके सुखबीर सिंह बादल ते बिक्रमजीत सिंह मजीठिया एक अमृतसर के आईपीएस अधिकारी को किस तरीके से सर्कट सद के जलील किया है, यह भी दस दी किस तरीके ने सुचा सिंह लगा ने एक आईएएस अफसर गुरदासपुर की महिला आईएएस अधिकारी को किस तरीके ने जो माड़े शब्द बोले सन शायद वह अं कहीं भी नहीं बोल सकते। सो यह सब कुछ उसते मुकाबले जो कुछ इन्हों दरकार समय हों चेतन सिंह चौड़े माजरे ने वो तो नहीं ना कुछ भी किया, उन्हें तो सिर्फ यह गल कही कि हाँ भाई दूजी गल ये है ना कि ये जेड़े सी इन्हों बंद ने जेड़े इन्हों के एम एल ए मंत्रियों ने जेड़े है शब्द उस टाइम के अफसर बोले से निजी लैके से दविंदर घुवाया ने एक जिहड़ा ये गल कहती सी कि तुसी चलान क्यों कट रहे हो साडे बंदियां नूं तंग कर रहे हो, वो एक निजी सी। सरसरी कॉल की गल हरमिंदर सिंह गिल ने की कि तुसी सानूं सरसरी कॉल नहीं की, एस एच नूं कहिंदे वो निजी सी। जिहड़ा जिहड़ा बलविंदर सिंह सेखों के नाल आशु का मामला होया वह भी निजी सी। फिर डीओ दे नाल मामला होया भारत भूषण आशु का, जदों उहने कहा कि मैं इत्थे बैठा सी तुसी लेट किवें होवे वह भी निजी सी। पर इत्थे ये तो आप गल करती कि ठीक है इन्हों अपनी पीढ़ी हेठां सोटा मारन की लोड़ है, मैनूं लगता है कि दर्शक समझ गए होणगे और इन्हां दीआं ये गल्लां ते लोग जिहड़े आ ज्यादा रिएक्ट नहीं करनगे जिहड़े इल्जाम अज कांग्रसी जां अकाली दल ला रहे आ। पर उस दे विच मैं जिहड़ी गल कह के हटिया कि इन्हां ने निजी मामलों ते अफसरां नूं निशाना बनाया सी, उन्हां दा अपमान कीता सी, पर चेतन सिंह जौड़माजरा दे उत्थे बोलां दे विच सिर्फ इन्नी गल जां उन्हां दे ये गल जरूर हैगी है, उन्होंने ये गल कही कि भाई तुम दसो कि यह जेडे गड्डे ते बीसी साहब तुम लेट के देखो, बीसी साहब लेट भी गए फिर दवा दब उठ के बह गए, ये अपमान किवें होया मैनूं समझ नहीं आई। मैनूं उही ते गल आ ना कि जे लोग जेडे मालक अफसरां दे भी सरकारां दे भी जेडे लोग सरकारां बणाउंदे आ अफसरां नूं तनखाहां टैक्स कटवा के दिंदे आ जे वह इन्हां ते गद्दियां ते लेट लेट जा सकदे आ तां फिर बीसी दा उस गद्दे ते पैण दे नाल अपमान किवें हो गया। अपमान उस वक्त था सुखविंदर जी नहीं होया,
अपमान उस वक्त नहीं होया, अपमान इन्हां लोकां ने, चाहे वह राजा वड़िंग होवे, चाहे हरसिमरत कौर बादल होवे, चाहे ये जिहड़े दूजे लीडर ने, इन्हां ने कह कह के उहदा अपमान जिहड़ा याद करवाता कि डॉक्टर साहब तुहाडा अपमान होया, डॉक्टर साहब तुहाडा अपमान होया। कल वह बंदा नहीं रोया, अज जदों ये गए ने मिल, वह जाके उन्हें भी अथरू टमकाने जिहड़े शुरू करते। चलो यह गल कहांगे, उस बंदे नूं अहसास कराया गया कि हाँ भी काका तेरी बेइज्जती होई है, साडे इक रिश्तेदार दी गल गल लैके गई। भगवंत मान दे घर दे बाहर उत्थे जिहड़े धरना ला के बेरोजगार अध्यापक बैठे जां कुछ होर जथेबंदियां बैठियां, चाहीदा तां उहनां दे नाल राजा वड़िंग नूं बहिणा चाहीदा सी कि भाई तुहाडे नाल वादा कीता सीगा, असीं वादे नहीं पूरे कर पाए, तुसीं सानूं हराता, इहनां ने तुहाडे नाल वादे कीते सीगे तो तुहाडे नाल निभा नहीं रहे, असीं तुहाडे नाल बैठते हैं, क्योंकि फिर उत्थे सियासत नहीं, मैनूं लगदा राजा वड़िंग दी चमकनी सी। इत्थे कैमरे नाल लै के राजा वड़िंग मीडिया नाल लै के गए, फिर फोटोआं खिंचवाइयां, पैरियां हथ लाउंदियां नहीं, मैं तां हैरान हाँ भी शर्म नहीं आउंदी। उह जिवें कहिंदा बलविंदर सिंह सिख उसदे उस टाइम उहने बहुत बेइज्जती की बलविंदर सिंह सिख नूं, कि इहनूं शर्म आउणी चाहीदी आ उत्थे कुछ बोले नहीं। सुखविंदर जी, इहदे नाल फिर इह पता लग गया ना राजा वड़िंग दी इस एक्शन दे नाल कि उहदी नज़र दे विच आम लोकां दी कीमत की आ, ते इहो जिहे जिहड़े सैलीब्रिटी ने, चाहे वह डॉक्टर होवे जां उहनां दी नज़र की आ, उह केवल स्टेटस दे आधार ते ही शायद राजनीति करदा है। बड़ी सोहणा तुसीं गल्लबात करदे करदे इह पॉइंट मैनूं देता कि हज़ारां बेरोजगार अध्यापक जिहड़े उह धरने ते बैठे आ भगवंत मान दे बूहे दे अगे, उहदे वास्ते राजा वड़िंग कोल टाइम नहीं, क्योंकि उह सधारण लोक ने, बेरोजगार लोक ने, उह जेकर राजा वड़िंग नूं मिलणगे तां राजा वड़िंग अथरू का कोई फर्क नहीं पैना जां उन्हां नूं नहीं पैना, पर इत्थे क्योंकि जिहड़े वाइस चांसलर ने अंतरराष्ट्रीय प्रसिद्धि के मालक ने, तो चलो घट्टो घट जाके उन्हां दा एक नाम हैगा, जेकर असीं उन्हां नूं मिलदे हां तां उन्हां दे नाल नाल साडी भी प्रसिद्धि जिहड़ी उह हो जाएगी। इह है इन्हां दी सस्ती शोहरत लैण दा तरीका। बड़ा वधिया पॉइंट कीता कि इसका मतलब इह आ, चाहे उह हरसिमरत कौर बादल होवे, चाहे सुखबीर सिंह बादल होण, चाहे राजा वड़िंग होवे, कोई भी बंदा होवे, उन्हां दी नज़र दे विच आम लोकां दी कोई कदर कीमत नहीं। कबड्डी जिनी है नहीं, वह मरदे आ मर्द, जीदे आ जीन, पर हाँ उन्हां वास्ते इन्हां लोकां दी जरूर हैगी आ जिहड़े बीते दौर दे विच भी इन्हां दे खासम खास रहे ने, ते हुण भी जेकर उन्हां दे नाम जुड़दे आ तां राजा वड़िंग सोचदा होणा कि ठीक आ। थोड़ा इह जिहड़ा पूरा मामला कुल मिला के सियासत तों प्रेरित जिहड़ा मामला लग रिहा, और मैं जे निरपक्ष पत्रकार दे तौर ते जे गल करां, मैनूं चेतन सिंह जोड़माजरा की कोई भी हरकत जी इस तरीके की नहीं लगी। चलो मैं ये जरूर कह सकता कि चेतन सिंह जोड़माजरा जो थोड़ा जहा उसे नरम रुख जो अपना लेंगे तो होर भी ज्यादा चंगा होंगे, पर मैं उन्होंने सोच तो जी है कोई भी किसी तरीके का इस तरीके नहीं लग रहा कि उन्होंने कोई सोच गलत सी, इंटेंशन जी गलत सी। इस पक्षों मैं निरपक्ष पत्रकार के तौर पर चेतन सिंह जोड़माजरा के हक के गल आप कहते हैं कि उन्होंने इंटेंशन जी बिल्कुल गलत नहीं सी, और ये पूरा मामला जिहड़ा इस सियासत तो प्रेरित है, और साडे दर्शक जिहड़े आ की सोचदे ने उह भी जिहड़े इस पूरे मामले दे उपर अपनी जिहड़ी आ उह राय जरूर देण, और लोक जिहड़े आ समझ गए होणगे कि राजा वड़िंग अते अकाली दल नूं अपनी पीढ़ी हेठां सोटा मारन दी जिहड़ी लोड़ है। और मैनूं लगदा कि राजा वड़िंग उहनां दे इहनां पूरे मामलियां नूं, इहनां गल्लां नूं जिहड़े इस पूरे विवाद नूं भखा रहे ने, मैनूं लगदा कि लोक हुण बहुता सीरियस इहनां नूं लैंदे नहीं, ना लैणगे। और अगली खबर आप अणखी साहब कर लेने हैं, अगली खबर भी जी है तकरीबन इस मामले दे नाल ही जुड़ी है, भगवंत मान दे दोगले चेहरे दे बारे। भगवंत मान भी अपने मंत्री नूं प्रोटेक्ट नहीं कर पाए, भगवंत मान ने भी उत्थे कहा यह गल नहीं कही कि भाई इदां दी कोई गल नहीं, उल्टा कहिंदे कि मेरे बापू दा इन्हां ने इलाज कीता सी, इह तां बड़े वधिया डाक्टर ने, ठीक है इलाज कीता, डॉक्टर भी वधिया हो सकते हैं, पर जिहड़ी गलबात उह इस घटना दी है। घटना की है, उत्थे इह इहनां नूं जिस तरीके ना उन्होंने अपना मंत्री ठोकता, कहिंदे कि इस नूं डील सही तरीके दे नाल कीता जा सकता सी, होर वधिया तरीके दे नाल कीता जा, मतलब इस तरह दीआं गल्लां अपने मंत्री नूं एक तरीके दे नाल इह गल दिखा के विरोधियों नूं होर अपने उत्ते हावी कर लिया। और दूजे पासे पूरे उन्होंने इस पूरे मामले ते डॉक्टर जिहड़े जिहड़ा वीसी है वह कह रहे हैं कि मेरे तो मुख्यमंत्री ने मुआफ़ी मंगी है, पर मुआफ़ी मैनूं लगदा भगवंत मान नूं उन्हां अध्यापकां तों मंगनी चाहीदी है जिन्हां दे नाल वादा करके वह जिहड़े उन्होंने नौकरी नहीं दी जा रही, और नाल ही नाल विनोद कही दे मामले ते पंजाबियों तों मुआफ़ी जिहड़ी भगवंत मान नूं मंगनी चाहीदी है, क्योंकि डेरा मुखी का वकील होवे ते उदू बाद चो उन्हां दे विरुद्ध ही केस लड़ना होवे ते उन्हां दे वकील नूं अपना वकील इन्हां ने बना लिया होवे, एजी बना दिता होवे, माफ़ी उस मामले ते मंगनी चाहीदी है। ते जिहड़े मंत्री नूं उन्हां ने जेल भेजा होवे उसे मंत्री दे वकील नूं उन्हां ने सरकार दा वकील बना लिया होवे,
ਮੁਆਫੀ ਜਿਹੜੀ ਆ ਇਸ ਮਾਮਲੇ ਤੇ ਮੰਗਣੀ ਚਾਹੀਦੀ ਹੈ। ਹੋਰ ਵੀ ਬੜੀਆਂ ਗੱਲਾਂ ਨੇ, ਅਨਕ ਸਾਹਿਬ ਕਿਵੇਂ ਦੇਖਦੇ ਹੋ ਭਗਵੰਤ ਮਾਨ ਦੇ ਦੋਗਲੇ ਚਿਹਰੇ? ਸੁਖਵਿੰਦਰ ਜੀ, ਜਦੋਂ ਤੁਸੀਂ ਇਹ ਗੱਲ ਕਰ ਰਹੇ ਸੀ ਭਗਵੰਤ ਮਾਨ ਦੇ ਕਿ ਆਪਣੀ ਮੰਤਰੀ ਦੀ ਪਿੱਠ ਜ਼ਰੂਰ ਠੋਕਣੀ ਚਾਹੀਦੀ ਸੀ ਜਾਂ ਮੰਤਰੀ ਦੇ ਹੱਕ ਦੇ ਵਿੱਚ ਕੁਝ ਬੋਲਣਾ ਚਾਹੀਦਾ ਸੀ, ਤਾਂ ਮੈਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਯਾਦ ਆ ਗਏ। ਸਾਧੂ ਸਿੰਘ ਧਰਮਸੋਤ ਤੇ ਏਡਾ ਵੱਡਾ ਇਲਜ਼ਾਮ ਲੱਗਾ ਕਿ ਇਹਨੇ ਉਹ ਕੁਝ ਦਾ ਉਹ ਕੀਤਾ, ਇਹ ਕੀਤਾ, ਉਹ ਕੀਤਾ, ਪਰ ਕੈਪਟਨ ਸਾਹਿਬ ਦੀ ਜ਼ਬਾਨ ਇੱਕ ਵਾਰੀ ਨਹੀਂ ਹਿੱਲੀ। ਉਹਨਾਂ ਨੇ ਉਸ ਵਕਤ ਵੀ ਕਹਿਤਾ ਕਿ ਮੇਰਾ ਮੰਤਰੀ ਬਿਲਕੁਲ ਠੀਕ ਆ। ਮੇਰੀ ਗੱਲ, ਮੈਂ ਮਾਫ ਕਰਨਾ, ਮੈਂ ਤੁਹਾਨੂੰ ਰੋਕ ਰਿਹਾ। ਆਪਾਂ ਇਹ ਜਿਹੜੀ ਉਦਾਹਰਣ ਨਾ ਲਈਏ, ਕਿਉਂਕਿ ਦਰਸ਼ਕ ਹੋਰ ਪਾਸੇ ਸੋਚਣਗੇ। ਆਪਾਂ ਇਹ ਨਹੀਂ ਗੱਲ ਕਹਿ ਰਹੇ ਕਿ ਕੈਪਟਨ ਸਾਹਿਬ ਵਾਂਗੂ ਆਪਣੇ ਗਲਤ ਮੰਤਰੀ ਨੂੰ ਵੀ ਸਹੀ ਕਹਿ ਦਿਓ, ਪਰ ਮੈਂ ਇਹ ਕਹਿਣਾ ਕਿ ਸਹੀ ਨੂੰ ਸਹੀ ਔਰ ਗਲਤ ਨੂੰ ਗਲਤ, ਮੈਨੂੰ ਲੱਗਦਾ ਨਹੀਂ ਕਿ ਇੰਨਾ ਕੋਈ ਬਹੁਤਾ ਉੱਥੇ ਕੋਈ ਗਲਤ ਹੈਗਾ। ਮੈਨੂੰ ਲੱਗਦਾ ਕਿ ਉਦਾਹਰਣ ਦੇਣ ਦੀ ਆਪਾਂ ਨੂੰ ਲੋੜ ਨਹੀਂ, ਪਰ ਵਿਨੋਦ ਘਈ ਦੇ ਮਾਮਲੇ 'ਚ ਵਾਕਈ ਭਗਵੰਤ ਮਾਨ ਨੂੰ ਮਾਫ਼ੀ ਮੰਗਣ ਦੀ ਜ਼ਰੂਰਤ ਸੀ, ਉੱਥੇ ਨਹੀਂ ਮੰਗੀ ਗਈ, ਜਦਕਿ ਮੰਤਰੀ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ ਸੀ, ਉੱਥੇ ਮੰਤਰੀ ਦਾ ਮੋਰਾਲ ਡਾਊਨ ਕੀਤਾ ਗਿਆ, ਔਰ ਜਿਹੜੇ ਵਧੀਆ ਹੋਰ ਕੰਮ ਕਰਨ ਵਾਲੇ ਲੀਡਰ ਨੇ ਉਹਨਾਂ ਦਾ ਵੀ ਇਸ ਤਰੀਕੇ ਦੇ ਨਾਲ ਮੋਰਾਲ ਡਾਊਨ ਹੋਊਗਾ। ਜੇ ਅਫਸਰਾਂ ਨੂੰ ਦਬਾਉਣ ਦੇ ਨਾਲ ਅਫਸਰਾਂ ਦਾ ਮੋਰਾਲ ਡਾਊਨ ਹੁੰਦਾ, ਤਾਂ ਫਿਰ ਵਧੀਆ ਕੰਮ ਕਰਨ ਵਾਲੇ ਮੰਤਰੀਆਂ ਔਰ ਐਮਐਲਏਆਂ ਦਾ ਵੀ ਜਿਹੜਾ ਉਹ 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 ਮੋਰਾਲ ਡਾਊਨ ਹੁੰਦਾ। ਅਣਖੀ ਸਾਹਿਬ, ਸੁਖਵਿੰਦਰ ਜੀ, ਮੇਰੀ ਉਹ ਗੱਲ ਤੁਸੀਂ ਤਾਂ ਪੂਰੀ ਸੁਣੀ ਨਹੀਂ, ਮੈਂ ਹੋਰ ਕਿਸੇ ਇੱਕ ਵਿਅੰਗ ਦੇ ਰੂਪ ਚ ਲੱਗਾ ਹਾਂ ਗੱਲ ਕਹਿਣ ਕਿ ਸਾਧੂ ਸਿੰਘ ਧਰਮਸੋਤ ਉੱਤੇ ਇੰਨੇ ਗੰਭੀਰ ਇਲਜ਼ਾਮ ਲੱਗੇ ਸੀ ਤੇ ਕੈਪਟਨ ਅਮਰਿੰਦਰ ਸਿੰਘ ਉਹਦੀ ਪਿੱਠ ਤੇ ਖਲੋਤੇ ਨਜ਼ਰ ਆਏ। ਚਰਨਜੀਤ ਸਿੰਘ ਚੰਨੀ ਦੇ ਉੱਤੇ ਇੱਕ ਮਹਿਲਾ ਅਧਿਕਾਰੀ ਨੇ ਲਾਇਆ ਬਹੁਤ ਕੁਝ, ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਫਿਰ ਉਹਨਾਂ ਨੂੰ ਠੀਕ ਕਿਹਾ ਕਿ ਨਹੀਂ ਭਈ ਬਿਲਕੁਲ ਠੀਕ ਠਾਕ ਆ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਇੱਕ ਸਿਹਤ ਮੰਤਰੀ ਜਿਹੜੇ ਨੇ ਚੇਤਨ ਸਿੰਘ ਜੌੜਾ ਮਾਜਰਾ ਜਾਂਦੇ ਨੇ, ਲੋਕਾਂ ਦੇ ਹਿੱਤ ਵਿੱਚ ਗੱਲ ਕਰਦੇ ਨੇ, ਔਰ ਉੱਥੇ ਜਾ ਕੇ ਵਾਈਸ ਚਾਂਸਲਰ ਨੂੰ ਕੋਈ ਅਪਵਾਦ, ਕੋਈ ਇਹੋ ਜਿਹਾ ਸ਼ਾਨ ਦੇ ਖਿਲਾਫ ਸ਼ਬਦ ਨਹੀਂ ਬੋਲਦੇ, ਸਿਰਫ ਉਸਨੂੰ ਉਹਦੀ ਡਿਊਟੀ ਯਾਦ ਕਰਾਉਂਦੇ ਆ। ਸਿਆਸੀ ਪਾਰਟੀਆਂ ਉਸ ਮੁੱਦੇ ਨੂੰ ਮੁੱਦਾ ਬਣਾ ਕੇ ਸਰਕਾਰ ਦੇ ਖਿਲਾਫ ਵਰਤਦੀਆਂ ਨੇ, ਤੇ ਭਗਵੰਤ ਸਿੰਘ ਮਾਨ ਹੁਣੀ ਉਸ ਆਪਣੇ ਮੰਤਰੀ ਦੀ ਪਿੱਠ ਤੇ ਖਲੋਣ ਦੀ ਬਜਾਏ, ਜਿਸ ਤਰੀਕੇ ਨਾਲ ਤੁਸੀਂ ਗੱਲ ਕਹਿ ਰਹੇ ਜੀ ਕਿ ਉਹਨੇ ਸਹੀ ਕੰਮ ਕੀਤਾ, ਉਸਨੂੰ ਸਹੀ ਕਹਿਣ ਦੀ ਬਜਾਏ ਉਸਨੂੰ ਡਿਮੋਰਲਾਈਜ਼ ਕਰ ਰਹੇ ਆ, ਤੇ ਸ਼ਾਇਦ ਇਸ ਦਾ ਕਾਰਨ ਮੈਂ ਕੈਪਟਨ ਅਮਰਿੰਦਰ ਸਿੰਘ ਦੀ ਉਦਾਹਰਣ ਸਿਰਫ ਇਸ ਕਰਕੇ ਦੇ ਰਿਹਾ ਹਾਂ ਕਿ ਸ਼ਾਇਦ ਜਿਸ ਤਰੀਕੇ ਨਾਲ ਅੱਗੇ ਹੀ ਆਪਣੇ ਪ੍ਰੋਗਰਾਮਾਂ 'ਚ ਗੱਲ ਕਰਦੇ ਹਾਂ ਕਿ ਸ਼ਾਇਦ ਅਜੇ ਉਹਨਾਂ ਐਕਸਪੀਰੀਅੰਸ ਹੈ ਨਹੀਂ ਕਿ ਟੀਮ ਦੇ ਨਾਲ ਤੁਸੀਂ ਕਿਵੇਂ ਚੱਲਣਾ, ਕਿ ਟੀਮ ਨੂੰ ਕਿਵੇਂ ਪ੍ਰੋਟੈਕਟ ਕਰਨਾ, ਜੇ ਗਲਤ ਆ ਤਾਂ ਗਲਤ ਕਹਿਣਾ, ਜੇ ਸਹੀ ਆ ਤੇ ਸਹੀ ਕਹਿਣਾ, ਇਹ ਇੱਕ ਜ਼ਰੂਰ ਤੁਹਾਡੇ ਠੀਕ ਆ। ਜਦੋਂ 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 ਵਿਜੇ ਸਿੰਗਲਾ ਨੂੰ ਉਹਨਾਂ ਨੇ ਜੇਲ੍ਹ ਭੇਜਿਆ, ਠੀਕ ਆ, ਹਾਲੇ ਤੱਕ ਉਹਨਾਂ ਤੇ ਦੋਸ਼ ਨਹੀਂ ਸਾਬਤ ਹੋਏ, ਪਰ ਉਸ ਐਕਸ਼ਨ ਦਾ ਅਸੀਂ ਵੀ ਸਵਾਗਤ ਕੀਤਾ, ਪੰਜਾਬੀਆਂ ਨੇ ਵੀ ਸਵਾਗਤ ਕੀਤਾ। ਪਰ ਜ਼ਰੂਰੀ ਨਹੀਂ ਕਿ ਹਰ ਗੱਲ ਭਗਵੰਤ ਮਾਨ ਵੀ ਸਹੀ ਕਰਨ ਤੇ ਅਸੀਂ ਵੀ ਉਹਨਾਂ ਦੀ ਗੱਲ ਦੇ ਉੱਪਰ ਜਿਹੜਾ ਅਸੀਂ ਵੀ ਉਹਨਾਂ ਨੂੰ ਸ਼ਾਬਾਸ਼ ਦੇਈ ਜਾਈਏ, ਪਰ ਜਿੱਥੇ ਇਸ ਵਾਰੀ ਮੰਤਰੀ ਨੂੰ ਪ੍ਰੋਟੈਕਟ ਕਰਨਾ ਬਣਦਾ ਸੀ ਉੱਥੇ ਨਹੀਂ ਕੀਤਾ ਗਿਆ, ਬਿਲਕੁਲ। ਹਾਂ, ਦੂਜੇ ਪਾਸੇ ਜਿਹੜੀ ਤੁਸੀਂ ਮਾਫ਼ੀ ਦੀ ਗੱਲ ਕਹਿ ਰਹੇ ਜੀ ਕਿ ਵਿਨੋਦ ਘਈ ਉਹ ਬੰਦਾ ਜਿਹੜਾ ਰਾਮ ਰਹੀਮ ਦੇ ਕੇਸ ਦੇ ਵਿੱਚ ਪੰਜਾਬ ਸਰਕਾਰ ਦਾ ਵਿਰੋਧੀ ਰਿਹਾ ਹੋਵੇ, ਸੁਮੇਧ ਸੈਣੀ ਦੇ ਕੇਸ ਦੇ ਵਿੱਚ ਪੰਜਾਬ ਸਰਕਾਰ ਦਾ ਵਿਰੋਧੀ ਰਿਹਾ ਹੋਵੇ, ਤੇ ਉਸੇ ਵਿਅਕਤੀ ਨੂੰ ਤੁਸੀਂ ਵਿਰੋਧ ਵੀ ਉਸ ਦਾ ਸ਼ੁਰੂ ਹੋ ਗਿਆ, ਧਾਰਮਿਕ ਜਥੇਬੰਦੀਆਂ ਜਾਂ ਸਿੱਖ ਜਥੇਬੰਦੀ ਵੱਲੋਂ ਵਿਰੋਧ ਵੀ ਸ਼ੁਰੂ ਹੋ ਗਿਆ, ਅਤੇ ਸਵੇਰੇ 31 ਜੁਲਾਈ ਆ, ਸਵੇਰੇ ਬਰਗਾੜੀ ਮੋਰਚੇ ਦੇ ਉੱਤੇ ਵੀ ਪੰਥਕ ਹਲਕੇ ਵੱਲੋਂ ਸ਼ਾਇਦ ਸਿੱਖ ਜਥੇਬੰਦੀਆਂ ਦਾ ਇਕੱਠ ਹੋਣਾ, ਸਾਰਿਆਂ ਦਾ ਵਿਰੋਧ ਹੋ ਰਿਹਾ ਕਿ ਵਿਨੋਦ ਘਈ ਨੂੰ ਨਾ ਲਾਇਆ ਜਾਵੇ, ਕਿ ਇਹਦੇ ਕੋਲ ਇਨਸਾਫ਼ ਦੀ ਆਸ ਨਹੀਂ, ਤਾਂ ਉਹਨਾਂ ਸਾਰਿਆਂ ਲੋਕਾਂ ਨੂੰ ਨਜ਼ਰ ਅੰਦਾਜ਼ ਕਰਕੇ ਅੱਜ ਨੋਟੀਫਿਕੇਸ਼ਨ ਵੀ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ। ਮਾਫ਼ੀ ਤਾਂ ਫਿਰ ਇਸ ਮੁੱਦੇ ਤੇ ਬਣਦੀ ਆ ਕਿ ਹਾਂ, ਮੈਂ ਪੰਜਾਬ ਦੇ ਲੋਕਾਂ ਦੀਆਂ ਉਹਨਾਂ ਆਸਾਂ ਜਾਂ ਉਮੀਦਾਂ ਤੇ ਪੂਰਾ ਨਹੀਂ ਉਤਰ ਸਕਿਆ ਜਿਹਨਾਂ ਆਸਾਂ ਜਾਂ ਉਮੀਦਾਂ ਦੇ ਸਿਰ ਤੇ ਮੈਨੂੰ ਲਾਇਆ ਸੀ, ਮੈਨੂੰ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਚੁਣਿਆ ਤੇ ਮੇਰੀ ਪਾਰਟੀ ਨੂੰ ਜਿਤਾਇਆ, ਤਾਂ ਮਾਫ਼ੀ ਤਾਂ ਇਸ ਗੱਲ ਦੀ ਮੰਨਣੀ ਚਾਹੀਦੀ। ਪਰ ਸ਼ਾਇਦ ਸੁਖਵਿੰਦਰ ਜੀ ਇਹ ਗੱਲ ਨਾਲ ਇਹ ਮਹਿਸੂਸ ਹੁੰਦਾ ਕਿ ਜਿਹੜੀ ਵਿਨੋਦ ਘਈ ਦੀਆਂ ਜਿਹੜੀਆਂ ਅਪੁਆਇੰਟਮੈਂਟਾਂ ਜਾਂ ਨਿਯੁਕਤੀਆਂ, ਇਸ ਦੀਆਂ ਤਾਰਾਂ ਵੀ ਕਿਤੇ ਦਿੱਲੀ ਦਰਬਾਰ ਤੋਂ ਹੀ ਹਿੱਲੀਆਂ ਹੋਣ, ਕਿਉਂਕਿ ਭਗਵੰਤ ਸਿੰਘ ਮਾਨ ਹੁਣ ਜਿਹੋ ਜਿਹੀਆਂ ਸਥਿਤੀਆਂ ਚੱਲਦੀਆਂ ਪਈਆਂ ਨੇ, ਇੰਨੀ ਜ਼ਰੂਰਤ ਨਹੀਂ ਆ ਉਹਨਾਂ ਦੇ ਵਿੱਚ ਕਿ ਆਪਣੀ ਮਰਜ਼ੀ ਦੇ ਪੱਧਰ ਤੇ ਹੀ ਵਿਨੋਦ ਘਈ ਦੀ ਉਹਨਾਂ ਨੇ ਅਪੁਆਇੰਟਮੈਂਟ ਕਰ ਦਿੱਤੀ ਹੋਵੇ। ਜੇਕਰ ਵਿਨੋਦ ਘਈ ਦੀ ਅਪੁਆਇੰਟਮੈਂਟ ਹੋਈ ਆ ਤਾਂ ਵਿਨੋਦ ਘਈ ਜ਼ਰੂਰ ਭਗਵੰਤ ਮਾਨ ਦੇ ਆਪਣੇ ਨਿੱਜੀ ਆਧਾਰ ਤੇ ਉਹਨਾਂ ਦੀ ਅਪੁਆਇੰਟਮੈਂਟ ਨਹੀਂ ਹੋਏਗੀ, ਜ਼ਰੂਰ ਉੱਤੋਂ ਕੇਜਰੀਵਾਲ ਦੇ ਦਬਾਅ ਦੇ ਵਿੱਚ ਹੀ ਹੋਏਗੀ, ਕਿਉਂਕਿ ਕੋਈ ਵੀ ਨਿਯੁਕਤੀ ਜਿਹੜੀ ਆ ਭਗਵੰਤ ਮਾਨ ਆਪਣੇ ਪੱਧਰ ਤੇ ਕਰ ਹੀ ਨਹੀਂ ਸਕਦੇ, ਜਿਹੜੀਆਂ ਹਾਈ ਪ੍ਰੋਫਾਈਲ ਜਿਹੜੀਆਂ ਪੋਸਟਾਂ ਨੇ। ਤਾਂ ਫਿਰ ਉਹੋ ਜਿਹੇ ਸੰਬੰਧ 'ਚ ਉਹ ਉੱਥੇ ਪੰਜਾਬ ਦੇ ਲੋਕਾਂ ਕੋਲ ਮਾਫ਼ੀ ਕਿਉਂ ਮੰਗਣਗੇ, ਕਿਉਂਕਿ ਉਹਨਾਂ ਨੇ ਤਾਂ ਆਪਣੀ ਸੁਪਰੀਮੋ ਨੂੰ ਖੁਸ਼ ਕਰਨਾ ਕਿ ਜਿਸ ਤਰੀਕੇ ਨਾਲ ਸੁਪਰੀਮੋ ਨੂੰ ਖੁਸ਼ ਹੁੰਦਾ, ਕਿਉਂਕਿ ਠੀਕ ਆ ਇਹ 5 ਸਾਲ ਤਾਂ ਹੁਣ ਆਪਣੀ ਸਰਕਾਰ ਚੱਲਣੀ ਚੱਲਣੀ ਆ, ਕੋਈ ਖਤਰਾ ਨਹੀਂ, ਫਿਰ ਵਿਖੀ ਜਾਊਗੀ ਅਗਲੇ ਸਾਲ ਬੰਦੇ ਅਗਲੇ 5 ਸਾਲਾਂ ਬਾਅਦ ਕੀ ਹੁੰਦਾ ਜਾਂ ਕੀ ਨਹੀਂ ਹੁੰਦਾ। 2024 ਦੇ ਵਿੱਚ ਹੀ ਲੋਕ ਇਸਦਾ ਜਿਹੜਾ ਨਮੂਨਾ ਆ ਪ੍ਰਮਾਣ ਜਿਹੜਾ ਉਹ ਜ਼ਰੂਰ ਦੇ ਦੇਣਗੇ ਕਿ ਸਰਕਾਰ ਦੇ ਪ੍ਰਤੀ ਲੋਕਾਂ ਦਾ ਕਿਸ ਤਰੀਕੇ ਨਾਲ ਜਿਹੜੇ ਤੇਵਰ ਬਦਲੇ ਨੇ। ਮਾਫ਼ੀ ਇਸ ਗੱਲ ਦੀ ਜ਼ਰੂਰ ਮੰਗਣੀ ਚਾਹੀਦੀ ਸੀ ਕਿ ਹਾਂ ਭਾਈ ਮੇਰੇ ਉੱਤੇ ਸਰਕਾਰੀ ਦਬਾਅ ਆ, ਤਾਂ ਮੈਂ ਉਸ ਦਬਾਅ ਨੂੰ ਪੂਰਨ ਤੌਰ ਤੇ ਝੱਲ ਨਹੀਂ ਸਕਦਾ ਜਾਂ ਉਸ ਤੋਂ ਮੁਕਤ ਨਹੀਂ ਹੋ ਸਕਦਾ। ਕਿੰਨੇ ਮੁੱਦੇ ਨੇ ਇਹੋ ਜਿਹੇ ਜਿਹੜੇ ਮੁੱਦੇ
उठे समय समय से उठे तो भगवंत मान हुणी चुप रहे। और सब तो वड्डा पहला मुद्दा सी राघव चड्डा का, जो गैर पंजाब कहिंदे ने कि उन्हूं पंजाब तो बना दिता, ठीक है पार्टी का राज सभा का मैंबर बना दिता गया, ठीक है पार्टी का अपना मुद्दा, बड़ा विरोध होया, कोई उस वक्त इन्नी गल नहीं कहेगी। हुण अनमोल रतन सिद्धू ने जो अस्तीफा दिता उस वक्त भी इन्ना वार वो रोड़ा पिया, हालांकि वह बंदे की टीम या वह व्यक्ति अनमोल रतन सिद्धू जिहड़े ने पूरा तौर पर पंजाब सरकार की ठीक अगवाई कर रहे सन, पंजाब सरकार की आवाज बन रही सन, उस मुद्दे से भी भगवंत मान हुण चुप रहे ते उन्होंने इन्नी गल कही कि हाँ भाई वह अस्तीफा साढ़े को आ गया। सो पूर्ण तौर पर तुम सही कह रहे जी कि जिथे प्रोटेक्ट करना बनता उतें तुम प्रोटेक्ट नहीं कर पा रहे, तो जिथे तुम लोगों को माफ़ी मंगनी है उतों तुम बच के निकलने का यतन कर रहे जी। इस तरह साफ से चित्रा यही है कि भगवंत मान इस वे बेबस हो चुका, तो उसका हालात योजे ने कि जिस तरह भी होंगे टाइम कढ़िया जाए, जेकर सियासी विरोधियों को शांत करना तो कह दो कोई गल नहीं, सॉरी कह दो, माफ़ी मांग लेंगे कोई गल नहीं, तो जेकर उन्होंने उपर के सुप्रीमो को खुश करना तो आप माफ़ी नहीं मांगनी, ठीक है दो चार दिन रौला पेगा मनोज ही रहने। मजबूरी की आंकी साहब जो जो केंद्र सरकार जी कोई फैसला करती है तो उदो भगवंत मान ये गल कहते हैं कि लोगों जो फैसला मंजूर ही नहीं, जिन्हों के लिए फैसला किया जो उन्होंने मंजूर नहीं तो फिर वापस क्यों नहीं लिया जाता। और मैनू लगता नहीं कोई यह पंजाबी होगा जिन्हें भगवंत मान के विरोध कई बारे फैसले को जिहड़ा निंदिया ना हो, फिर जो लोगों को पसंद नहीं फिर भगवंत की की मजबूरी है विरोध कई को वकील लाने की। आप मजबूरी तो सुखविंदर जी साफ से जग जाहिर आ कि जी सक्रिप्ट दिल्ली दरबार तो लिखी होनी आ उस सक्रिप्ट तो उल्ट वो बोल ही नहीं सकते, क्योंकि जे वो बोलेंगे तो उन्होंने उसका इजवाना जरा भुगतना पै सकता, वो किसी भी सूरत दे विच कोई भी वो लाइन नहीं बोलेंगे जी उस सक्रिप्ट के उल्ट हो जी सक्रिप्ट दिल्ली तो लिखी आँदी है। मैं तो यह गल कह दी कि उन्होंने बेबसी आ, उन्होंने कमजोरी आ कि वह अपनी हाईकमान किसी भी सूरत में नाराज नहीं कर सकते, तो इस ही कारण उन्होंने मनोज कई की जी नियुक्ति हुई है। तुम देखो सरसा हरियाणे के है अरविंद केजरीवाल का जरा दबा है सरसे के जद्दी उन्होंने जेडे ने घर आ उ हरियाणे के अरविंद केजरीवाल बिलोंग उतों तो करते हैं, तो यह संबंध विनोद कई ना संबंध जोड़े ने यह सीधे भगवंत मान होना नहीं जुड़े, ये वाया दिल्ली जुड़े होंगे जिस तरीके नियुक्तियां हुई ने। तो दूजे पास जे उन्होंने माफ़ी मांगी उन्होंने कह दिता डॉक्टर को कि इन्होंने मेरे पिता जी का इलाज किया, ठीक है मैं इन्ह को माफ़ी मांगना, बड़े वधिया डॉक्टर ने, पर नाल ये भी गल रखनी चाहिए आ कि जिहड़ियां बेअदबियां हुई ने जिन्हों के और उस तो बाद जो गोलीकांड होया जिन्हों के बजुर्ग उन्होंने उस गोलीकांड च मरे ने उन्होंने बच्चे भी अज उस इंसाफ की वेट करते पे ने, जो इंसाफ तुम देने का वादा कर गया सी माफ़ी जो मंगनी है फिर उन्होंने को भी जाके मंग लो, या उन्होंने भी शलाघा कर दो कि हाँ भी तुम बड़ी वधिया तुहाडे बजुर्गों ने कुरबानी की, तो मैं वो भी शलाघा करदा घट्टो घट्ट। चलो पंजाब के लोगों को उस मुद्दे से माफ़ी तो नहीं मंगनी, इन्होंने बरगाड़ी मोर्चे के उन्होंने शहीदों के वारसा पासों ही माफ़ी मंग लो, इन्नी गल ही कह दो कि हाँ भी मित्रों मैं बेबस हाँ मेरे बस कुछ नहीं मैनू माफ़ करो जी। बिल्कुल बिल्कुल कानकी साहब तुम इस प्रोग्राम के साथ जुड़े थोड़ा बहुत बहुत धन्यवाद। बहुत बहुत शुक्रिया सुखविंदर जी। राय साहब प्रोफेसर मनजीत सिंह आणखी साहब जिन्होंने वालों इन्होंने अहम मुद्दों के उपर साडे नाल गलबात की गई, और तुहानू इह साडा प्रोग्राम और यह मुद्दों के उपर की गलबात किस तरीके नाल लगी है तुसीं भी अपनी राय जिहड़ी है कमेंट बॉक्स के जरिए जरूर साडे नाल सांझी करियो। उम्मीद करते हैं कि तुहानू प्रोग्राम साडा जरूर पसंद आया हो, दोबारा फिर मिलांगे, धन्यवाद।